ਹੈਲੋ ਫਰੈਂਡ, ਵੈਲਕਮ ਬੈਕ ਟੂ ਪੰਜਾਬੀ ਫੂਡ ਵਿਦ ਗੀਤਾ। ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਬਹੁਤ ਹੀ ਵਧੀਆ ਮੱਕੀ ਦੀ ਰੋਟੀ ਵਿੱਚ ਮੂਲੀਆਂ ਪਾ ਕੇ ਦੱਸਾਂਗੇ ਕਿਸ ਤਰ੍ਹਾਂ ਬਣਦੀ ਆ ਅਤੇ ਬਹੁਤ ਹੀ ਟੇਸਟੀ ਬਣਦੀ ਆ। ਇਸ ਰੋਟੀ ਨੂੰ ਤੁਸੀਂ ਦਹੀਂ ਦੇ ਨਾਲ, ਮੱਖਣ ਦੇ ਨਾਲ ਅਤੇ ਲੱਸੀ ਦੇ ਨਾਲ ਖਾ ਸਕਦੇ ਹਾਂ। ਅਤੇ ਬਾਕੀ ਮੇਰੇ ਚੈਨਲ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ। ਚਲੋ ਹੁਣ ਤੁਹਾਨੂੰ ਦੱਸਦੇ ਹਾਂ ਮੱਕੀ ਦੀ ਰੋਟੀ ਕਿਸ ਤਰ੍ਹਾਂ ਬਣਾਈ ਜਾਂਦੀ ਆ। ਮੱਕੀ ਦੀ ਰੋਟੀ ਮੂਲੀ ਵਾਲੀ ਬਣਾਉਣ ਵਾਸਤੇ ਜਿਹੜੀਆਂ ਚੀਜ਼ਾਂ ਦੀ ਆਪਾਂ ਨੂੰ ਜ਼ਰੂਰਤ ਆ ਉਹ ਤੁਸੀਂ ਦੇਖ ਸਕਦੇ ਹਾਂ। ਇਹਦੇ ਵਾਸਤੇ ਮੈਂ ਇੱਕ ਮੀਡੀਅਮ ਸਾਈਜ਼ ਦੀ ਮੂਲੀ ਲੈ ਲਈ ਸੀ। ਮੂਲੀ ਨੂੰ ਚੰਗੀ ਤਰ੍ਹਾਂ ਛਿੱਲ ਕੇ ਧੋ ਕੇ ਅਤੇ ਇਹਨੂੰ ਕੱਦੂਕਸ ਕਰ ਲਿਆ। ਉਸ ਤੋਂ ਬਾਅਦ ਇੱਕ ਕੌਲੀ ਆਪਾਂ ਮੱਕੀ ਦੇ ਆਟੇ ਦੀ ਵੱਡੀ ਲਵਾਂਗੇ ਅਤੇ ਲਸਣ ਦੀਆਂ ਕਲੀਆਂ ਪਾਵਾਂਗੇ ਵਿੱਚ ਚਾਰ, ਅਤੇ 8-9 ਹਰੀਆਂ ਮਿਰਚਾਂ ਅਤੇ ਹਰਾ ਧਨੀਆ, ਅਤੇ ਟੇਸਟ ਮੁਤਾਬਕ ਆਪਾਂ ਨਮਕ ਪਾਵਾਂਗੇ ਜਿੰਨਾ ਵੀ ਤੁਸੀਂ ਖਾਣਾ। ਅਤੇ ਇਹਦੇ ਵਾਸਤੇ ਆਪਾਂ ਆਪਣੇ ਪਾਣੀ ਨੂੰ ਗਰਮ ਕਰਕੇ ਮੈਂ ਰੱਖ ਲਿਆ ਅਤੇ ਆਪਾਂ ਗਰਮ ਪਾਣੀ ਦੇ ਵਿੱਚ ਇਹਨੂੰ ਗੁੰਨਾਂਗੇ। ਨਾ ਜ਼ਿਆਦਾ ਗਰਮ ਹੋਵੇ ਅਤੇ ਨਾ ਠੰਡਾ ਹੋਵੇ, ਮੀਡੀਅਮ ਦਾ ਕਰ ਲੈਣਾ ਇਹਨੂੰ ਪਾਣੀ ਨੂੰ। ਅਤੇ ਚਲੋ ਹੁਣ ਸਭ ਤੋਂ ਪਹਿਲਾਂ ਆਪਾਂ ਇਹਨਾਂ ਚੀਜ਼ਾਂ ਨੂੰ ਆਪਣੇ ਚੰਗੀ ਤਰ੍ਹਾਂ ਇਹਨੂੰ ਕਰਾਂਗੇ ਗ੍ਰੈਂਡ ਕਰਕੇ ਪਾਵਾਂਗੇ ਅਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਦਿਖਾਉਣੀ ਆ। ਹੁਣ ਲਸਣ ਦੀਆਂ ਕਲੀਆਂ ਪਾਵਾਂਗੇ, ਹਰੀਆਂ ਮਿਰਚਾਂ ਪਾ ਕੇ ਅਤੇ ਆਪਾਂ ਇਹਦੇ ਵਿੱਚ ਚੌਪ ਕਰਾਂਗੇ। ਇਸ ਤਰ੍ਹਾਂ ਦਾ ਹੈ, ਬਰੀਕ ਕਰ ਲੈਣਾ ਇਹਨੂੰ। ਹੁਣ ਸਭ ਤੋਂ ਪਹਿਲਾਂ ਆਪਾਂ ਮੂਲੀਆਂ ਦੇ ਵਿੱਚ, ਮੂਲੀਆਂ ਆਪਾਂ ਨਿਚੋੜਨੀਆਂ ਨੀਗੀਆਂ ਕੱਦੂਕਸ ਕਰਕੇ, ਇਹਨਾਂ ਦਾ ਪਾਣੀ ਜਿਹੜਾ ਵਿੱਚ ਰਹਿਣ ਦੇਣਾ। ਅਤੇ ਉਸ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਮੱਕੀ ਦਾ ਆਟਾ ਐਡ ਕਰਾਂਗੇ। ਅਦਰਕ ਅਤੇ ਲਸਣ ਦਾ ਜਿਹੜਾ ਪੇਸਟ ਬਣਾਇਆ ਉਹ ਵਿੱਚ ਐਡ ਕਰਾਂਗੇ। ਇਹ ਪਾਉਣ ਦੇ ਨਾਲ ਰੋਟੀ ਆਪਣੀ ਬਹੁਤ ਹੀ ਸਪਾਈਸੀ ਬਣਦੀ ਹੈ। ਬਾਕੀ ਮਿਰਚਾਂ ਤੁਸੀਂ ਆਪਣੀ ਮਰਜ਼ੀ ਦੇ ਨਾਲ ਘੱਟ ਵੱਧ ਜਿੰਨਾ ਵੀ ਤੁਸੀਂ ਇਲਾਜ ਕਰਦੇ ਹਾਂ ਉਹਦੇ ਹਿਸਾਬ ਨਾਲ ਪਾ ਲੈਣਾ। ਉਸ ਤੋਂ ਬਾਅਦ ਫਿਰ ਆਪਾਂ ਹਰਾ ਧਨੀਆ ਜਿਹੜਾ ਕੱਟਿਆ ਸੀ ਉਹ ਵਿੱਚ ਮਿਕਸ ਕਰਾਂਗੇ। ਇਹ ਮਿਕਸ ਕਰਨ ਤੋਂ ਬਾਅਦ ਫਿਰ ਆਪਾਂ ਲੂਣ ਪਾਵਾਂਗੇ ਇੱਕ ਚਮਚਾ। ਪਾਉਣ ਤੋਂ ਬਾਅਦ ਫਿਰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਆਟੇ ਦੇ ਵਿੱਚ। ਆਟੇ ਦੇ ਮਿਕਸ ਵਿੱਚ ਕਰਨ ਤੋਂ ਬਾਅਦ ਫਿਰ ਆਪਾਂ ਕੋਸਾ ਪਾਣੀ ਇਹਦੇ ਵਿੱਚ ਪਾਵਾਂਗੇ। ਇਸ ਤਰ੍ਹਾਂ ਥੋੜ੍ਹਾ ਜਿਹਾ ਆਟਾ ਪਾ, ਪਾਣੀ ਕੋਸਾ ਪਾ ਕੇ ਇਹਨੂੰ ਰਲਾਵਾਂਗੇ। ਉਸ ਤੋਂ ਬਾਅਦ ਫਿਰ ਇੱਦਾਂ ਇਹਨੂੰ ਪ੍ਰੈਸ ਕਰਾਂਗੇ ਇੱਕ ਸਾਈਡ ਨੂੰ। ਇਸ ਤਰ੍ਹਾਂ ਕਰਨ ਦੇ ਨਾਲ ਜਿਹੜਾ ਆਪਾਂ ਕੋਸਾ ਪਾਣੀ ਵਿੱਚ ਗਰਮ ਕਰਕੇ ਪਾਇਆ ਇਹਦੇ ਨਾਲ ਆਪਣੀ ਰੋਟੀ ਜਿਹੜੀ ਹੈ ਬਹੁਤ ਹੀ ਵਧੀਆ ਬਣਦੀ ਹੈ। ਹੁਣ ਉੱਧਰ ਆਪਾਂ ਗੈਸ ਦੇ ਉੱਤੇ ਰੋਟੀ ਬਣਾਉਣ ਤੋਂ ਪਹਿਲਾਂ ਤਵਾ ਰੱਖਦੇ ਹਾਂ। ਤਵਾ ਗਰਮ ਹੋਣ ਤੋਂ ਬਾਅਦ ਫਿਰ ਆਪਾਂ ਰੋਟੀ ਪਾਵਾਂਗੇ। ਇੱਧਰ ਆਪਾਂ ਇਸ ਤਰ੍ਹਾਂ ਹੁਣ ਥੋੜ੍ਹਾ ਥੋੜ੍ਹਾ ਆਟਾ ਲਾ ਕੇ ਇਹਨੂੰ ਇਸ ਤਰ੍ਹਾਂ ਮਲਾਂਗੇ। ਆਟਾ ਪਤਲਾ ਨਹੀਂ ਕਰਨਾ ਬਹੁਤਾ, ਜਿੱਦਾਂ ਜਿੰਨਾ ਆਪਾਂ ਨੂੰ ਪਾਣੀ ਪਾਉਣ ਦੀ ਲੋੜ ਪਊਗੀ ਇੱਦਾਂ ਆਪਣੇ ਪਤਾ ਲੱਗ ਜਾਂਦਾ ਆ ਆਟੇ ਨੂੰ ਮਲ ਕੇ ਪਾਣੀ ਦੀ ਲੋੜ ਆ ਕਿ ਨਹੀਂ। ਇੱਦਾਂ ਥੋੜ੍ਹਾ ਥੋੜ੍ਹਾ ਹੱਥ ਲਾ ਕੇ ਪਾਣੀ ਦਾ
ਤਾਂ 2-3 ਮਿੰਟ ਬਾਅਦ ਤੇ ਆਪਾਂ ਇਹਨੂੰ ਮਲਾਂਗੇ ਮਲਣ ਦੇ ਨਾਲ ਹੀ ਆਪਣੀ ਰੋਟੀ ਜਿਹੜੀ ਆ ਬਹੁਤ ਹੀ ਵਧੀਆ ਮੁਲਾਇਮ ਬਣਦੀ ਆ ਹੁਣ ਆਪਾਂ ਇਸ ਤਰ੍ਹਾਂ ਇੱਕ ਮੀਡੀਅਮ ਸਾਈਜ਼ ਦਾ ਪਿੰਨਾ ਲੋਈ ਬਣਾਵਾਂਗੇ इस तरह करने तो बाद फिर आप इस तरह एक प्लास्टिक का बैग ले लेना साफ तो वो उत्ते रख के आप इस तरह ही प्रेस करांगे दो तरीके नाल मक्की की रोटी बनती है चाहे तुसी इस तरह बना लो चाहे तुसी हाथ नाल बना लो जिस तरह ही तुहानू दोनों तरीकों से सौखा लगता उस तरह तुम बना सकते हो इस तरह हाथ थोड़ा थोड़ा करके इतना प्रेस करेंगे हल्का हल्का चार ही पास दवाओगे हम देखो गोल है रोटी जी मेरी है गोल बन चुकी है हम इस तरह इन पास उपर चाहिए ਉੱਪਰ ਚੱਕ ਕੇ ਫਿਰ ਆਪਾਂ ਰੋਟੀ ਨੂੰ ਕਰਾਂਗੇ ਅਤੇ ਉੱਧਰ ਆਪਾਂ ਸਭ ਤੋਂ ਪਹਿਲਾਂ ਤਵਾ ਦੇਖਦੇ ਹਾਂ ਹੁਣ ਤਵਾ ਜਿਹੜਾ ਮੇਰਾ ਗਰਮ ਹੋ ਚੁੱਕਾ ਆ ਅਤੇ ਇਹਦੇ ਵਿੱਚ ਆਪਾਂ ਥੋੜ੍ਹਾ ਜਿਹਾ ਦੇਸੀ ਘਿਓ ਲਗਾਵਾਂਗੇ ਹੁਣ ਆਪਾਂ ਇਸ ਤਰ੍ਹਾਂ ਚੱਕ ਕੇ ਇਸ ਤਰ੍ਹਾਂ ਪਾਵਾਂਗੇ ਤਵੇ ਦੇ मीडियम तो थोड़ा जहा उपर सेक रखा पूरा फुल से नहीं रखना क्योंकि इस तरह बिचों अपनी रोटी जी कच्ची रह जाऊगी अंदरों पक जाऊगी रोटी की दूसरी साइड चेक करते हैं देखते हैं हम देखो दोनों साइडों तो चंगी तरह पक चुकी है हम आपते भी आप ऑयल लगावे ऑयल लगा लो मक्खन लगा लो चाहे तुम देसी घी लगा लो वो थोड़ी मर्जी है इस तरह लगा के सारे पास आप पाल्टी के नाल लगावे बाकी रोटी जी मेरी बन के तैयार आ देखो सारू करने वास्ते हम आप प्लेट रखा तो बाकी मेरी अज की वीडियो इतने तक सी अगली वीडियो फिर मिलते हैं जी बहुत बहुत धन्यवाद मेरा थोड़ी वीडियो देखने वास्ते मेरी वीडियो देखने वास्ते